ਹਿੰਦ ਦਾ ਬਾਗੀ ਚੱਲਿਆ, ਹਿੰਦ ਦਾ ਬਾਗੀ ਚੱਲਿਆ, ਅੱਜ ਗੜੀ ਚੋ ਤਾੜੀ ਮਾਰ। ਦਿੱਲੀਏ ਤੇਰੇ ਤਖਤ ਨੂੰ ਮੈਂ ਚੱਲਿਆ ਹਾਂ ਵੰਗਾਰ। ਲੋਕਾਂ ਦੇ ਹੱਕ ਦੱਬਣੇ ਨੇ ਤੂੰ ਜਿੰਨੀ ਵੀ ਦੇਰ, ਲੋਕ ਯੁੱਧ ਦੇ ਆਸ਼ਕਾਂ ਨੇ ਲੈਣਾ ਤੈਨੂੰ ਘੇਰ। ਤੇਰੇ ਤਵੀਆਂ ਆਰੇ ਹਾਰ ਗਏ, ਗਏ ਚੌਂਕ ਚਾਂਦਨੀ ਹਾਰ, ਨਹੀਂ ਪੰਥ ਖਾਲਸਾ ਹਾਰਨਾ, ਰਹੂ ਸਦਾ ਤੈਨੂੰ ਲਲਕਾਰ। ਇਹ ਲਲਕਾਰ ਮਾਰੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਦੋਂ ਗੜੀ ਨੂੰ ਛੱਡਿਆ ਸੀ। ਉਦੋਂ ਵੀ ਇਹੋ ਕਿਹਾ ਸੀ ਕਿ ਮੇਰੇ ਖੇਤਾਂ ਦੇ ਪੁੱਤ ਤਰਨਗੇ, ਤੂੰ ਨਹੀਂ ਹੋ ਸਕਣਾ ਰੋਕ। ਅਤੇ ਉਹ ਅੱਜ ਸੱਚ ਹੋ ਰਹੀ ਹੈ। ਇਹ ਸੱਚ ਦੀ ਆਵਾਜ਼ ਜਦੋਂ ਬਾਗੀ ਪੈਦਾ ਕਰਦੀ ਹੈ ਨਾ, ਉਦੋਂ ਉਹੀ ਲੋਕ ਇਹਨਾਂ ਨੂੰ ਬਾਗੀ ਅਤੇ ਅੱਤਵਾਦੀ ਕਹਿੰਦੇ ਨੇ ਜਿਹੜੇ ਉੱਥੇ ਬੈਠ ਕੇ ਸੈਕਸ ਰੈਕਟ ਚਲਾਉਂਦੇ ਨੇ। ਉਹ ਸਾਨੂੰ ਫਿਰ ਇਹ ਸ਼ਬਦਾਂ ਨਾਲ ਸਤਿਕਾਰਦੇ ਨੇ। ਅਤੇ ਜੇ ਅੱਜ ਪਰਿਭਾਸ਼ਾ ਨਵੀਂ ਲਿਖੀ ਗਈ ਹੈ ਇਸ ਥਾਂ 'ਤੇ ਬਾਗੀ ਦੀ ਜਾਂ ਅੱਤਵਾਦੀ ਦੀ, ਤਾਂ ਉਹ ਇਹ ਹੈ ਕਿ ਇਹ ਆਪਣਾ ਲਹੂ ਦਾਨ ਕਰਦੇ ਨੇ, ਇਹ ਭੁੱਖਿਆਂ ਨੂੰ ਰਜਾਉਂਦੇ ਨੇ, ਇਹ ਸਭਨਾਂ ਦੇ ਸਿਰ 'ਤੇ ਛਾਂ ਕਰਦੇ ਨੇ। ਇਹ ਬਾਗੀਆਂ ਦੀ ਕੌਮ ਮਾਂ ਦੇ ਢਿੱਡੋਂ ਪੈਦਾ ਹੋ ਕੇ ਨਹੀਂ ਆਉਂਦੀ, ਜੇ ਪੈਦਾ ਹੁੰਦੀ ਹੈ ਤਾਂ ਕਿਉਂਕਿ ਇਹਨਾਂ ਦੇ ਹੱਕ ਖੋਏ ਜਾਂਦੇ ਨੇ। ਅਤੇ ਇਹ ਅੱਜ ਤੋਂ ਨਹੀਂ, ਇਹ ਬਾਗੀ ਸਦੀਆਂ ਤੋਂ ਪੈਦਾ ਹੁੰਦੇ ਰਹੇ ਨੇ। ਇਹ ਸਲੀਬ 'ਤੇ ਵੀ ਟੰਗੇ ਜਾਂਦੇ ਨੇ ਤਾਂ ਵੀ ਬਾਗੀ ਅਖਵਾਉਂਦੇ ਨੇ, ਇਹ ਕਾਫਰ ਅਖਵਾਉਂਦੇ ਨੇ ਜਦੋਂ ਇਹ ਕਹਿੰਦੇ ਨੇ ਕਿ ਇਹ ਬਾਬਰ ਤੂੰ ਜਾਬਰ ਹੈ। ਉਦੋਂ ਵੀ ਇਹ ਆਵਾਜ਼ ਚੁੱਕੀ ਜਾਂਦੀ ਹੈ ਕਾਫਰ ਅਤੇ ਬਾਗੀ ਦੀ ਜਦੋਂ ਸਰਬੰਸ ਵਾਰ ਕੇ ਤੁਰਦੇ ਨੇ। ਕਦੇ ਵੀ ਕਿਸੇ ਥਾਂ 'ਤੇ ਜੇ ਧਰਤੀ ਗੋਲ ਹੋਣ ਬਾਰੇ ਗੱਲ ਹੋਈ ਜਾਂ ਸੂਰਜ ਜਾਂ ਚੰਦਰਮਾ ਦੀ ਗੱਲ ਤੁਰੀ, ਉਦੋਂ ਵੀ ਜੀਭਾਂ ਵੀ ਕੱਟੀਆਂ ਗਈਆਂ, ਅੱਖਾਂ ਵੀ ਕੱਢੀਆਂ ਗਈਆਂ, ਅੰਗ ਅੰਗ ਵੱਢੇ ਗਏ, ਆਰਿਆਂ 'ਤੇ ਚਰਵਾਏ ਗਏ, ਅਤੇ ਕਿਸੇ ਨੇ ਫਿਰ ਵੀ ਸੀ ਤੱਕ ਨਹੀਂ ਕੀਤੀ। ਮੁਗਲ ਇਤਿਹਾਸ ਗਵਾਹ ਹੈ ਕਿ ਇੱਕ ਨਹੀਂ, ਦੋ ਨਹੀਂ, ਨੌ ਮਹੀਨੇ ਇਹ ਅੰਦਰ ਡੱਕੇ ਰਹੇ ਅਤੇ ਫਿਰ ਦਰਖਤਾਂ ਦੀ ਛਿੱਲ ਲਾ ਕੇ ਖਾਂਦੇ ਰਹੇ। ਭੁੱਖੇ ਧਿਆਇਆਂ ਦੇ ਵਿੱਚ ਭੁੱਲ ਨਾ ਜਾਇਓ, 5 ਵਰਿਆਂ ਦਾ ਬਾਲ ਵੀ ਸੀ, ਜੇ ਉਹਨੂੰ ਨਹੀਂ ਡੁਲਵਾ ਸਕੇ ਤਾਂ ਹੋਰ ਕਿਸ ਨੂੰ ਡੋਲ ਲੈਣਗੇ। ਇੱਥੇ ਇੱਕ ਵੀ ਬੰਦਾ ਨਹੀਂ, ਇੱਕ ਵੀ ਮਾਂ ਨਹੀਂ, ਇੱਕ ਵੀ ਧੀ ਨਹੀਂ, ਇੱਕ ਵੀ ਭੈਣ ਨਹੀਂ ਜੋ ਡੋਲ ਜਾਏਗੀ। ਪਰ ਜੇ ਇਹ ਸਾਰੇ ਅੱਤਵਾਦੀ ਨੇ ਤਾਂ ਅੱਜ ਸ਼ੁਕਰ ਕਰਦੇ ਹਾਂ ਅਸੀਂ ਉਸ ਸਿਕੰਦਰ ਸਰਕਾਰ ਦੀ ਜਿਨ੍ਹਾਂ ਨੇ ਇਸ ਪਰਿਭਾਸ਼ਾ ਦੇ ਅਧੀਨ ਪੰਜਾਬ ਦੀ ਹੱਦ ਜੋ ਦਰਾ ਖੈਬਰ ਤੋਂ ਕੈਥਲ ਕਰਨਾਲ ਤੱਕ ਸੀ, ਅੱਜ ਉਹ ਕਿੱਥੇ ਇੱਕ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਤੋਂ ਲੈ ਕੇ ਕੈਲੀਫੋਰਨੀਆ ਅਤੇ ਦੁਨੀਆ ਦੇ ਹਰ ਹਿੱਸੇ ਵਿੱਚ ਅੱਜ ਪੰਜਾਬ ਦੀ ਤੂਤੀ ਬੋਲਦੀ ਹੈ, ਪੰਜਾਬੀਆਂ ਦੀ ਤੂਤੀ ਬੋਲਦੀ ਹੈ। ਅਤੇ ਅਸੀਂ ਇਸ ਧਰਤੀ ਤੋਂ ਐਲਾਨ ਕਰਨਾ ਜੇ ਕਿ ਜੇ ਉਹ ਉਸ ਸਮੇਂ ਦੇ ਬਾਗੀ ਜਿੱਤ ਹਾਸਲ ਕਰ ਸਕੇ ਸਨ, ਜਿੱਥੇ ਭਾਵੇਂ ਫ੍ਰੈਂਚ ਰੈਵੋਲਿਊਸ਼ਨ ਹੋਵੇ ਜੋ ਸਪਸ਼ਟ ਕਰਦੀ ਹੈ ਕਿ ਬਾਗੀਆਂ ਨੂੰ ਜਿੰਨਾ ਵੀ ਮਰਜ਼ੀ ਦੱਬ ਲਓ, ਇਹ ਹਮੇਸ਼ਾ ਜਿੱਤ ਹਾਸਲ ਕਰਕੇ ਨਿੱਤਰਦੇ ਨੇ। ਅਤੇ ਜਦੋਂ ਵੀ ਖਾਲਸਾ ਨਿਤਰਿਆ ਸੀ, ਤਖ਼ਤ ਤਾਜਾਂ ਨੇ ਚੁੱਕ ਕੇ ਸਲਾਮ ਕੀਤਾ ਸੀ। ਅੱਜ ਇਹ ਖਾਲਸਾ ਫਤਿਹ ਦਾ ਝੰਡਾ ਗੱਡ ਚੁੱਕਿਆ ਹੋਇਆ। ਜੇ ਕਿਸੇ ਨੂੰ ਇਸ 'ਚ ਰੱਤੀ ਮਾਸਾ ਵੀ ਕੋਈ ਗਲਤ ਫਹਿਮੀ ਹੋਏ ਕਿ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਤਾਂ ਇਹ ਹਾਰ ਹੋਏਗੀ, ਇਹ ਗਲਤ ਹੈ। ਕਿਉਂਕਿ ਅੱਜ ਵੀ ਔਰੰਗਜ਼ੇਬ ਦੀ ਉੱਥੇ ਜਾ ਕੇ ਮਜ਼ਾਰ 'ਤੇ ਵੇਖ ਲਿਓ, 2 ਵਾਰ ਤੇਲ ਦੀਆਂ ਬੂੰਦਾਂ ਵਾਸਤੇ ਹੱਥ ਅੱਡੇ ਜਾਂਦੇ ਨੇ ਕਿ ਇੱਥੇ ਤੇਲ ਬਾਲਣ ਲਈ ਕੋਈ ਨਹੀਂ, ਅਤੇ 200 ਮੀਲ ਦੂਰ ਵੇਖੋ ਹਜ਼ੂਰ ਸਾਹਿਬ ਵਿੱਚ ਲੰਗਰ ਚੱਲਦੇ ਨੇ, ਕਿਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਦੱਬੇ ਨਹੀਂ ਜਾਣੇ, ਜਿੰਨਾ ਲਹੂ ਡੁੱਲੇਗਾ ਉਹਨਾਂ ਇਸ ਸਰਜ਼ਮੀਨ ਦੇ ਵਿੱਚੋਂ ਹੋਰ ਬਾਗੀ ਪੈਦਾ ਹੋਣਗੇ। ਪਰ ਇਸ ਤਰ੍ਹਾਂ ਦਾ ਸੰਘਰਸ਼ ਦੁਨੀਆ ਵਿੱਚ ਇੱਕ ਵੱਖ ਮਿਸਾਲ ਕਾਇਮ ਹੋਇਆ, ਕਿਉਂਕਿ ਮਾਂ ਗੁਜਰੀ ਦੀਆਂ ਸ਼ੇਰਨੀਆਂ ਇਹਦੇ ਵਿੱਚ ਸ਼ਾਮਲ ਨੇ, ਅਤੇ ਉਸ ਸ਼ੇਰਨੀ ਦੇ ਪੁੱਤ ਬੱਬਰ ਸ਼ੇਰ ਨੇ। ਪਰ ਇਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਅੰਦਾਜ਼ਾ ਨਹੀਂ ਕਿ ਜੇ ਇਹਨਾਂ ਨੂੰ ਦੱਬਣਗੇ ਤਾਂ ਦਰਾ ਖੈਬਰ ਤੋਂ ਹੱਲਾ ਜੇ ਬੰਦ ਹੋਇਆ ਸੀ ਤਾਂ ਸਾਡਾ ਵੀਰ ਨਲੂਆ ਰੋਕ ਸਕਿਆ ਸੀ, ਅਤੇ ਅੱਜ ਨਲੂਆ ਦਾ ਦਰਿਆ ਵਗਦਾ ਜੇ, ਇਸ ਸੈਲਾਬ ਨੂੰ ਰੋਕਣ ਵਾਸਤੇ ਕੌਣ ਆਏਗਾ? ਅਤੇ ਜੇ ਰੋਕਣਾ ਚਾਹੁੰਦੇ ਨੇ ਤਾਂ ਛਾਤੀਆਂ ਲੈ ਕੇ ਆਉਣ ਜਿਨ੍ਹਾਂ ਨੇ ਸਰਹੱਦਾਂ 'ਤੇ ਗੋਲੀਆਂ ਖਾਣੀਆਂ, ਕਿਉਂਕਿ ਇਹੀ ਨੇ ਜਿਹੜੇ ਛਾਤੀਆਂ 'ਤੇ ਸਰਹੱਦਾਂ 'ਤੇ ਗੋਲੀਆਂ ਖਾਂਦੇ ਨੇ, ਦੋ ਹਿੱਸਿਆਂ ਵਿੱਚ ਵੱਢ ਕੇ ਆਉਂਦੇ ਨੇ। ਅਤੇ ਮਾਂ ਉਦੋਂ ਰੋਂਦੀ ਨਹੀਂ, ਜੈਕਾਰਾ ਗੱਜਦੀ ਹੈ ਦੱਬ ਕੇ, ਬੋਏ ਸੋ ਨਿਹਾਲ। ਬਹੁਤ ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ।
ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।